ਪਹਿਲਾਂ ਕੋਸ਼ਿਸ਼ ਜੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਪਰ ਮੈਨੂੰ ਜਿਹੜੀ ਚੀਜ਼ ਆਪਣੀ ਲੱਗੀ ਨਾ ਵੀ ਆਹ ਕਵਿਤਾ ਆ ਜਿਹੜੀ ਮੈਂ ਲਿਖਣ ਜਿੱਦਾਂ ਹੁਣ ਮਤਲਬ ਮੈਂ ਇੱਦਾਂ ਐਵੇਂ ਲਿਖਿਆ ਸੀ ਵੀ ਇਹ ਗਜ਼ਲ ਮੈਂ ਲਿਖੀ ਇੱਕ ਵੀ ਮੈਥੋਂ ਦਰਦ ਕਹਾਣੀ ਮਹਿਫਿਲ ਵਿੱਚ ਨਾ ਹੋਰ ਸੁਣਾਈ ਜਾਂਦੀ ਹੈ ਜਿੱਥੇ ਹਰ ਇੱਕ ਡੂੰਘੇ ਦਰਦ ਉੱਤੇ ਤਾੜੀ ਹੀ ਵਜਾਈ ਜਾਂਦੀ ਹੈ ਨਾ ਗਜ਼ਲ ਜੀ ਲਿਖੀ ਪਰ ਮੈਨੂੰ ਉਹ ਮਤਲਬ ਵੀ ਮਤਲਬ ਸੀ ਕਵਿਤਾ ਨਹੀਂ ਹੈਗੀ ਕਿ ਇਹ ਤੁਕਬੰਦੀ ਹੈ ਅਤੇ ਮੈਂ ਜੋੜ ਰਿਹਾ ਸਤਰਾ ਜਿਵੇਂ ਕਿ ਜਿਹੜੀ ਨਾ ਅੰਦਰ ਦੀ ਕਵਿਤਾ ਵੀ ਕਿ ਹਿਰਦੇ 'ਚੋਂ ਇੱਕ ਚੀਜ਼ ਫੁੱਟਦੀ ਹੈ ਨਾ ਅਤੇ ਉਹ ਮਤਲਬ ਇੱਦਾਂ ਸੀ ਵੀ ਉਹ ਜਿਹੜੀ ਮੈਂ ਉਦੋਂ ਮੈਂ ਸਮਝ 64 ਸਾਲ ਦਾ ਸੀਗਾ ਮੇਰਾ 44 ਹਾਂ 45 ਦਾ ਬਰਥ ਆ ਜਦੋਂ ਮੈਨੂੰ ਪਹਿਲੀ ਵਾਰ ਲੱਗਿਆ ਵੀ ਆਹ ਕਵਿਤਾ ਹੈ ਹਾਂ ਉਹ ਕਵਿਤਾ ਜਿਹੜੀ ਹੈ ਇੱਦਾਂ ਸੀ ਬੜੀ ਜਾਣੀ ਥੋੜ੍ਹੀ ਮੁਸ਼ਕਲ ਵੀ ਸੀ ਕਿਉਂਕਿ ਉਦੋਂ ਮੈਂ ਇੱਕ ਸਾਡੇ ਕਵੀ ਹੈਗੇ ਬਾਬਾ ਬਲਵੰਤ ਹਾਂਜੀ ਬੜੇ ਵਧੀਆ ਕਵੀ ਉਹਨੇ ਮਸ਼ਹੂਰ ਨੇ ਬਹੁਤੇ ਪਰ ਬਹੁਤ ਅੱਛੇ ਕਵੀ ਅਤੇ ਉਹਨਾਂ ਦੇ ਮੈਂ ਬਹੁਤ ਪ੍ਰਭਾਵ ਥੇ ਸੀਗਾ ਉਹਨੂੰ ਕਦੇ ਮਿਲਿਆ ਨਹੀਂ ਸੀ ਪਰ ਮੈਂ ਪੜ੍ਹਦਾ ਉਹਨਾਂ ਨੂੰ ਬਹੁਤ ਅਤੇ ਉਹ ਮਤਲਬ ਇੱਦਾਂ ਹੈ ਵੀ ਮੈਂ ਨਾ ਉਹ ਲਿਖਿਆ ਉਹਦਾ ਕਵਿਤਾ ਨਾਮ ਸੀਗਾ ਗਾਇਕਾ ਵੀ ਇੱਕ ਸਿੰਗਰ ਲੇਡੀ ਆ ਉਹ ਕਿਸੇ ਦਾ ਗੀਤ ਗਾ ਰਹੀ ਆ ਹੈ ਨਾ ਕਿਸੇ ਹੋਰ ਦਾ ਗੀਤ ਗਾ ਰਹੀ ਆ ਅਤੇ ਮੈਂ ਮਹਿਸੂਸ ਕਰਦਾ ਵੀ ਇਹਦੇ ਮੈਨੂੰ ਇੰਨਾ ਅੱਛਾ ਲੱਗਦਾ ਵੀ ਉਹ ਨਾ ਜਿਵੇਂ ਉਹਦੇ ਲਫ਼ਜ਼ ਦੇ ਅੰਦਰ ਘੁਲ ਰਹੇ ਆ ਹੈ ਨਾ ਵੀ ਇਹ ਵੀ ਇੱਕ ਸਮਝੋ ਕਿ ਮਿਲਣ ਆ ਜਿਵੇਂ ਆਤਮਾਵਾਂ ਦਾ ਮਿਲਣ ਕਿ ਤੁਹਾਡਾ ਗੀਤ ਕੋਈ ਹੋਰ ਬੰਦਾ ਗਾਉਂਦਾ ਅਤੇ ਉਹਦੇ ਵਿੱਚ ਮੈਂ ਇੱਦਾਂ ਜਾਣੀ ਬੜੀ ਅਜੀਬ ਵੋਕੈਬਲਰੀ ਸੀਗੀ ਕਿ ਜਿਹੜੀ ਹੁਣ ਮੈਂ ਪੜ੍ਹਦਾ ਤਾਂ ਬਾਅਦ 'ਚ ਮੈਂ ਥੋੜ੍ਹਾ ਸਿੰਪਲ ਲਿਖਣਾ ਸ਼ੁਰੂ ਕੀਤਾ ਸਾਦਾ ਅਤੇ ਉਹ ਸੀ ਕਿ ਰਿਵੀ ਰਚਾਈਆਂ ਲਹਿਰਾਂ ਤਾਲੀ ਲਰਜਾਉਂਦੀ ਤੇਰੀ ਆਵਾਜ਼ ਵੀ ਤੇਰੀ ਆਵਾਜ਼ ਕਿੱਦਾਂ ਦੀ ਹੈ ਵੀ ਜਿਵੇਂ ਰਿਵੀ ਹੁੰਦੀ ਹੈ ਵੀ ਸਵੇਰ ਦੀ ਹਵਾ ਰਿਵੀ ਰਚਾਈਆਂ ਸਵੇਰ ਦੀ ਹਵਾ ਦੀਆਂ ਬਣਾਈਆਂ ਲਹਿਰਾਂ ਦੇ ਤਾਲ 'ਤੇ ਲਰਜਾਉਂਦੀ ਤੇਰੀ ਆਵਾਜ਼ ਹੈ ਅਤੇ ਇੱਕ ਯੁੱਗ ਤੋਂ ਮੇਰਾ ਵਿਸ਼ਵਾਸ ਤੇਰੇ ਸੀਨੇ ਸਰੋਵਰ ਲਹਿਰੇ ਵੀ ਤੇਰੇ ਅੰਦਰ ਜ਼ਰੂਰ ਸਰੋਵਰ ਹੋਊਗਾ ਕੋਈ ਹੈ ਨਾ ਜਿਹੜੀ ਤੇਰੀ ਇੱਦਾਂ ਦੀ ਆਵਾਜ਼ ਹੈ ਤੇਰੇ ਅੰਦਰ ਸਰੋਵਰ ਹੋਊਗਾ ਅਤੇ ਮੈਂ ਲਿਖਿਆ ਵੀ ਤੂੰ ਅੱਜ ਉਸਦਾ ਗੀਤ ਗਾਵਿਆ ਜ਼ਖਮੀ ਹੰਸ ਉਡੇ ਸਰੋਵਰ 'ਚੋਂ ਪਾਣੀ ਵਿੱਚ ਪਿਆਜ਼ੀ ਰਵਾਂ ਜਲ ਤਲ ਨੂੰ ਚਰਨਾਟਾਂ ਛਿੜੀ ਕਿ ਤੂੰ ਲਗਾਇਆ ਅਤੇ ਇੱਦਾਂ ਲੱਗਿਆ ਵੀ ਜਿਵੇਂ ਤੂੰ ਸਰੋਵਰ ਆ ਪਰ ਉਹ ਦੁੱਖ ਦਾ ਗੀਤ ਸੀਗਾ ਜਿਵੇਂ ਕੋਈ ਜ਼ਖਮੀ ਹੰਸ ਉਡਦਾ ਸਰੋਵਰ 'ਚੋਂ ਜ਼ਖਮੀ ਹੰਸ ਉਡੇ ਸਰੋਵਰ 'ਚੋਂ ਪਾਣੀ ਵਿੱਚ ਪਿਆਜ਼ੀ ਰਵਾਂ ਪਿਆਜ਼ੀ ਰੰਗ ਦੀਆਂ ਪਾਣੀ 'ਚ ਰਵਾਂ ਜਲ ਤਲ ਨੂੰ ਚਰਨਾਟਾਂ ਛਿੜੀਆਂ ਤਾਂ ਇਹ ਸੀਗਾ ਇਹ ਜਿਹੜਾ ਪਹਿਲੀ ਵਾਰ ਫਿਰ ਛਪਾ ਨਾ ਪ੍ਰੀਤ ਲੜੀ 'ਚ ਸੋ ਫਿਰ ਹੌਲੀ ਹੌਲੀ ਥੋੜ੍ਹਾ ਮੇਰੇ ਮੇਰੀ ਆਪਣੀ ਆਵਾਜ਼ ਜਿੱਦਾਂ ਹੁਣ ਸਾਦਗੀ ਅਤੇ ਬਾਅਦ 'ਚ ਮੈਂ ਜਾਣੀ ਫਿਰ ਮੇਰਾ ਥੋੜ੍ਹਾ ਜਿਹਾ ਆਸਾਨ ਚੀਜ਼ਾਂ ਮੈਂ ਲਿਖੀਆਂ ਅਤੇ ਬਸ ਮੇਰੀ